ਜ਼ਿਲ੍ਹਾ ਮੋਹਾਲੀ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਦੇ ਵਿੱਚ ਅਫਵਾਹਾਂ ਦੀਆਂ ਵੀ ਗੱਲਾਂ ਸਾਹਮਣੇ ਆਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਨਾਲ ਪੜਨ ਵਾਲੀ ਸਟੂਡੈਂਟ ਵੱਲੋਂ ਹੀ ਕੋਈ ਵੀਡੀਓ ਵਾਇਰਲ ਕਰ ਦਿੱਤੀ ਗਈ ਹੈ ਤੇ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਹੁਣ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ। ਜਿਉਂ ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਨੂੰ ਲੈ ਕੇ ਜਿੱਥੇ SSP ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਤੇ ਨਾਲ ਹੀ ਵੱਖੋ ਵੱਖਰੇ ਸਿਆਸਤਦਾਨਾਂ ਦੇ ਬਿਆਨ ਸਾਹਮਣੇ ਆਏ ਨੇ। ਜਿਉਂ ਤੁਹਾਨੂੰ ਦੱਸ ਦੇ ਕਿ ਇਸ ਮਾਮਲੇ ਨੂੰ ਲੈ ਕੇ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਟਵੀਟ ਕਰਕੇ ਇਸ ਮਾਮਲੇ ਨੂੰ ਸੰਵੇਦਨਸ਼ੀਲ ਦੱਸਦਿਆਂ ਅਪੀਲ ਕੀਤੀ ਗਈ ਹੈ। ਉਹਨਾਂ ਨੇ ਲਿਖਿਆ ਕਿ ਜਿਹੜੀ ਯੂਨੀਵਰਸਿਟੀ ਹੈ ਉਸ ਦੇ ਵਿੱਚ ਜਿਹੜੇ ਸਾਰੇ ਵਿਦਿਆਰਥੀ ਨੇ ਨਿਮਰਤਾ ਦੇ ਨਾਲ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਸ਼ਾਂਤੀ ਬਣਾਏ ਰੱਖਣ। ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਅਤੇ ਸਾਡੀਆਂ ਭੈਣਾਂ ਅਤੇ ਧੀਆਂ ਦੀ ਇੱਜ਼ਤ ਨਾਲ ਇਹ ਸੰਬੰਧਿਤ ਮਾਮਲਾ ਅਤੇ ਲੋਕਾਂ ਨੂੰ ਅਫਵਾਹਾਂ ਉਡਾਉਣ ਤੋਂ ਵੀ ਪਰਹੇਜ਼ ਕਰਨ ਦੀ ਗੱਲ ਆਖੀ ਗਈ ਹੈ। ਉੱਧਰ ਦੂਜੇ ਪਾਸੇ ਸਿੱਖਿਆ ਮੰਤਰੀ ਮੀ ਤੇਹਰ ਦਾ ਵੀ ਬਿਆਨ ਸਾਹਮਣੇ ਆਇਆ। ਉਹਨਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਜਿਹੜੇ ਕਿ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਅਜਿਹੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਕਿਰਪਾ ਕਰਕੇ ਉਸ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ, ਕਿਉਂਕਿ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ। ਬੜਾ ਗੰਭੀਰ ਅਤੇ ਸੰਵੇਦਨਸ਼ੀਲ, ਬੜੀ ਚਿੰਤਾ ਵਾਲੀ ਜਿਹੜੀ ਗੱਲ ਹੈ ਅਤੇ ਇਹਨੂੰ ਅਸੀਂ ਬੜੀ ਸਖਤੀ ਨਾਲ ਇਹਦੇ 'ਤੇ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਕਾਰਵਾਈ ਕਰ ਰਹੇ। ਆਲਰੇਡੀ ਇੱਕ ਜਿਹੜੀ ਲੜਕੀ ਆ ਉਹ 'ਤੇ FIR ਦਰਜ ਆ ਜਿਹੜੀ ਉਹ ਕੀਤੀ ਗਈ ਹੈ। ਅਰੈਸਟ ਵੀ ਜਿਹੜਾ ਉਹਨੂੰ ਕਰ ਲਿਆ ਗਿਆ। ਮੇਰੀ ਲਗਾਤਾਰ ਸੁਬਹਾ ਦੀ SSP ਸਾਹਿਬ ਨਾਲ, DC ਸਾਹਿਬ ਨਾਲ ਜਿਹੜੀ ਗੱਲ ਹੈ ਉਹ ਹੋ ਰਹੀ ਹੈ ਅਤੇ ਕੋਈ ਵੀ ਇਹਦੇ 'ਚ ਕਹਿ ਲਓ ਅਣਗਹਿਲੀ ਜਿਹੜੀ ਆ ਉਹ ਨਹੀਂ ਕੀਤੀ ਜਾਊ। ਬੜੀ ਸਖਤੀ ਨਾਲ ਜਿਹੜੀ ਕਾਰਵਾਈ ਆ ਉਹ ਕੀਤੀ ਜਾਊਗੀ। ਅਤੇ ਬਾਕੀ ਮੇਰੀ ਸਾਰਿਆਂ ਨੂੰ ਮੀਡੀਆ ਦੇ ਰਾਹੀਂ ਇਹ ਬੇਨਤੀ ਹੈ ਸਾਰੀ ਪਬਲਿਕ ਨੂੰ ਕਿ ਕਿਉਂਕਿ ਸਾਡੇ ਸਾਰਿਆਂ ਦੇ ਘਰ ਧੀਆਂ ਭੈਣਾਂ ਨੇ, ਬੱਚੀਆਂ ਨੇ, ਕਿ ਇਸ ਤਰ੍ਹਾਂ ਦੀ ਜੇ ਕੋਈ ਖਬਰ ਇਹ ਵੀ ਕਦੇ ਅੱਗੇ ਵੀ ਆਉਂਦੀ ਹੁੰਦੀ ਹੈ ਉਹਨੂੰ ਇਸ ਤਰ੍ਹਾਂ ਤੁਸੀਂ ਵਾਇਰਲ ਨਾ ਕਰਿਆ ਕਰੋ। ਖਾਸ ਤੌਰ 'ਤੇ ਜਦੋਂ ਕੋਈ ਬੱਚੀਆਂ ਦੀ ਇੱਜ਼ਤ ਦਾ, ਜਿਹੜਾ ਸਾਡੀਆਂ ਧੀਆਂ ਭੈਣ ਦੀ ਇੱਜ਼ਤ ਦਾ ਜਿਹੜਾ ਕੋਈ ਮਾਮਲਾ ਉਹਦੇ ਨਾਲ ਜੁੜਿਆ ਹੁੰਦਾ ਅਤੇ ਵਿਦਆਊਟ ਫੈਕਟਸ ਚੈੱਕ ਕੀਤੇ ਤੁਸੀਂ ਵਾਇਰਲ ਕਰ ਰਹੇ ਹੋ, ਇਸ ਤਰ੍ਹਾਂ ਦੀ ਉਹ ਕਰ ਰਹੇ ਹੋ, ਸੋ ਇਹ ਨਹੀਂ ਹੋਣਾ ਚਾਹੀਦਾ ਸੀ ਪਰ ਹੋਇਆ। ਅਸੀਂ ਇਹਦੇ 'ਤੇ ਜਿਹੜੀ ਕਾਰਵਾਈ ਹੈ ਉਹ ਕਰ ਰਹੇ ਹਾਂ ਅਤੇ ਨਾਲ ਨਾਲ ਮੇਰੀ ਸਟੂਡੈਂਟਸ ਨੂੰ ਵੀ ਬੇਨਤੀ ਹੈ ਕਿ ਪੇਸ਼ੈਂਟ ਜਿਹੜੀ ਉਹ ਬਣਾ ਕੇ ਰੱਖਣ। ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਵੀ ਕਸੂਰਵਾਰ ਹੋਇਆ, ਚਾਹੇ ਕਿਸੇ ਨੇ ਵੀਡੀਓ ਬਣਾਈ ਹੈ ਅੱਗੇ ਭੇਜੀ ਹੈ, ਚਾਹੇ ਕਿਸੇ ਦੀ ਅਣਗਹਿਲੀ ਰਹੀ ਹੈ, ਸਾਰਿਆਂ 'ਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਊਗੀ। ਕਿਆ ਕੋਈ ਵੀਡੀਓ ਵਾਇਰਲ ਹੋਈ ਹੈ, ਕਿਆ ਕੋਈ ਐਸੀ ਜਾਣਕਾਰੀ ਮਿਲੀ? ਦੇਖੋ ਪੁਲਿਸ ਐਗਜ਼ਾਮੀਨੇਸ਼ਨ ਜਿਹੜੀ ਆ ਉਹ ਕਰ ਰਹੀ ਹੈ। ਜੋ ਹੁਣ ਤੱਕ ਪਤਾ ਲੱਗਿਆ ਕਿ ਜਿਹੜੀ ਉਹ ਲੜਕੀ ਜਿਹਦੇ 'ਤੇ ਦੋਸ਼ ਹੈ ਕਿ ਉਹਨੇ ਵੀਡੀਓ ਬਣਾਈ ਹੈ, ਉਹਦੀ ਆਪਣੀ ਵੀਡੀਓ ਤਾਂ ਕੋਈ ਮਿਲੀ ਹੈ ਪਰ ਹਜੇ ਤੱਕ ਕਿਸੇ ਹੋਰ ਦੀ ਵੀਡੀਓ ਜਿਹੜੀ ਹੈ ਹਜੇ ਤੱਕ ਜਿਹੜੀ ਆ ਉਹ ਨਹੀਂ ਮਿਲੀ। ਉਹ ਪੁਲਿਸ ਸਾਈਬਰ ਸੈੱਲ ਜਿਹੜਾ ਐਗਜ਼ਾਮਿਨ ਕਰ ਰਹੇ ਆ ਕਿ ਕੋਈ ਵੀਡੀਓ ਸੀ ਜਾਂ ਉਹਨਾਂ ਨੇ ਡਿਲੀਟ ਕਰਤੀ, ਉਹ ਤਾਂ ਸਾਰਾ ਕੁਛ ਸਾਹਮਣੇ ਆ ਜਾਣਾ। ਕੋਈ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਹੈ, ਕੋਈ ਪਿਛਪੀ ਗੱਲ ਤਾਂ ਹੈ ਨਹੀਂ। ਪਹਿਲਾਂ ਤਾਂ ਅਸੀਂ ਚੈੱਕ ਕਰ ਰਹੇ ਹਾਂ ਜੇ ਕੋਈ ਇੰਟਰਨੈਟ 'ਤੇ ਇੱਦਾਂ ਦੀ ਵੀਡੀਓ ਹੈ ਤਾਂ ਉਹਨੂੰ ਨਾਲ ਦੀ ਨਾਲ ਜਿਹੜਾ ਡਿਲੀਟ ਆ ਉਹ ਕਰਵਾਇਆ ਜਾਵੇ ਪਰ ਹਜੇ ਤੱਕ ਕੋਈ ਵੀਡੀਓ ਇੱਦਾਂ ਦੀ ਸਾਹਮਣੇ ਜਿਹੜੀ ਹੈ ਕੋਈ ਕਿਸੇ ਹੋਰ ਲੜਕੀ ਦੀ ਜਿਹੜੀ ਹੈ ਕੋਈ ਨਹੀਂ ਆਈ। ਇਹਨੂੰ ਇਨਵੈਸਟੀਗੇਟ ਜਿਹੜਾ ਉਹ ਕਰਵਾ ਰਹੇ ਆ ਅਤੇ ਪਰ ਜਿਹਨੇ ਬਣਾਈ ਹੈ, ਜਿਹਨੇ ਬਣਵਾਈ ਹੈ, ਜਿਹਨੂੰ ਭੇਜੀ ਗਈ ਹੈ, ਜੇ ਉਹ ਲੜਕੀ ਦੀ ਵੀ ਹੈ ਤਾਂ ਉਹਨਾਂ 'ਤੇ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਊਗੀ। ਕਿਆ ਯੂਨੀਵਰਸਿਟੀ ਪਰ ਕੋਈ ਜਾਂਚ ਕੀ ਜਾਏਗੀ, ਕਿਉਂਕਿ ਪੰਜਾਬ ਪੁਲਿਸ ਤਾਂ ਇਨਵੈਸਟੀਗੇਸ਼ਨ ਕਰ ਹੀ ਰਹੀ ਹੈ। ਅਸੀਂ ਡਿਪਾਰਟਮੈਂਟਲ ਇਨਕੁਆਇਰੀ ਵੀ ਇਹਦੇ 'ਤੇ ਬਿਠਾ ਦਿੱਤੀ ਗਈ ਹੈ ਕਿ ਸਾਡੇ ਡਿਪਾਰਟਮੈਂਟ ਵੱਲੋਂ ਵੀ ਅਧਿਕਾਰੀ ਜਾ ਕੇ ਉੱਥੇ ਚੈੱਕ ਕਰਨਗੇ ਵੀ ਕਿੱਥੇ ਕੀ ਕਮੀ ਪੇਸ਼ੀ ਜਿਹੜੀ ਰਹੀ ਹੈ ਜਿਹਦੇ ਕਰਕੇ ਵੀਡੀਓ ਜਿਹੜੀ ਆ ਬਣੀ ਹੈ। ਅਤੇ ਇਸ ਤੋਂ ਇਲਾਵਾ ਵੀ ਕਿਉਂਕਿ ਬੜਾ ਗੰਭੀਰ ਮੁੱਦਾ ਸੀ, ਐਡਵਾਈਜ਼ਰੀ ਵੀ ਡਿਪਾਰਟਮੈਂਟ ਵੱਲੋਂ ਜਾਰੀ ਜਿਹੜੀ ਆ ਉਹ ਕੀਤੀ ਹੈ। ਉੱਧਰ ਇਸ ਮਾਮਲੇ ਸੰਬੰਧੀ ਪੰਜਾਬ ਸਟੇਟ ਵੁਮੈਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਵੀ ਪ੍ਰੈਸ ਵਾਰਤਾ ਕੀਤੀ ਗਈ ਹੈ। ਉਸ ਦੇ ਵਿੱਚ ਉਹਨਾਂ ਨੇ ਗੱਲ ਆਖੀ ਹੈ ਕਿ ਰਾਤ ਨੂੰ ਹੀ ਜਦੋਂ ਇਹ ਘਟਨਾ ਸਾਹਮਣੇ ਆਉਂਦੀ ਹੈ ਤਾਂ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਜਾਂਦਾ ਅਤੇ ਫਿਲਹਾਲ ਜਿਹੜੀ ਕੁੜੀ ਹੈ ਜਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੋਈ ਵੀਡੀਓ ਵਾਇਰਲ ਕੀਤੀ ਗਈ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। और एक FIR भी उस लड़की को अरेस्ट कर लिया गया है जिसके खिलाफ हमारी चंडीगढ़ हॉस्टल के मैनेजर ने कंप्लेंट की वीडियो वायरल को लेके। तो उसकी कंप्लेंट के बेस पे पुलिस ने FIR दर्ज करके 354C IT Act के तहत FIR रात को ही दर्ज करके लड़की को अरेस्ट कर लिया गया है।
बच्चों ने प्रोटेस्ट किया हुआ है, हमारी पुलिस ने बड़ी संजीदगी से, पंजाब पुलिस ने, मोहाली पुलिस ने, हमारे ऑफिसर्स ने बड़ी संजीदगी से इस मैटर को संभाला है। हम बच्चों की भावनाओं का सम्मान करते हैं, उनकी इमोशंस को देखते हुए, क्योंकि मामला संजीदा है। पर अभी बहुत सारे र्यूमर्स हैं ये कि लड़की ने सुसाइड कर लिया है, ऐसा कुछ भी नहीं है। अभी मेरी SSP साहब से बात हुई है, हमारी जो IU उपिता ऑफिसर रुपिंदर जी मेरे साथ बैठी है, हमारे और ऑफिसर्स साथ में हैं। तो ये र्यूमर्स ही है, किसी भी बच्ची ने डैम श्योर, मैंने तहकीकात की है, किसी बच्ची ने सुसाइड नहीं किया, कोई 5-6 बच्चियां हॉस्पिटल में नहीं है, सिर्फ र्यूमर्स हैं। उधर इस मामले लैके SSP का बयान भी सामने आया, उन्होंने कहना है कि इस मामले की गंभीरता के नाल जांच की जा रही है, तो हर पक्ष तो इस मामले नू गंभीरता के नाल देखा जा रहा है, तो उन्होंने वालों भी लोगों नू अपील की गई है कि अजिहे संवेदनशील मामले के विच लोगों नू शांति बनाए रखना चाहिए। कोई वीडियो बनाया गया है बाय अ गर्ल, एक स्टूडेंट की तरफ से, और वो वीडियो जो है उसके रिगार्डिंग कुछ र्यूमर फैल गया था कि वो वीडियो किसी कुछ और लोगों का भी बनाया गया है, तो उसके बेस के ऊपर यहाँ पे कुछ बच्चे जो है उन्होंने प्रोटेस्ट किया था। उसके रिगार्डिंग ऑलरेडी एक FIR रजिस्टर कर दी गई है और जो अक्यूज्ड हैं उनको हम अरेस्ट कर चुके हैं, मैटर अब इन्वेस्टिगेशन के अंदर है। इसमें मेरी एक रिक्वेस्ट है आपके माध्यम से कि कोई भी जो र्यूमर्स हैं उनके ऊपर बिल्कुल हम ध्यान ना दें, किसी भी की कोई डेथ नहीं हुई है यहाँ पे। इस तरह के कुछ र्यूमर्स मेरे नोटिस में आ रहे थे, कुछ वीडियोज इस तरह के वायरल हुए हैं, अभी तक मेडिकल रिकॉर्ड के मुताबिक हमारे नोटिस में ऐसी कोई चीज नहीं आई है। हमने ऑलरेडी FIR रजिस्टर कर दी है और एक जो है जो अक्यूज स्टूडेंट है उसको हम ऑलरेडी अप्रिहेंड कर चुके हैं और हमारी तरफ से इन्वेस्टिगेशन स्टार्ट कर दी गई है। एक लेडी गजेटेड ऑफिसर जो है, मैडम जो है, उनको मेरी एक रिक्वेस्ट है माई ओनली रिक्वेस्ट टू यू इज कि मैं आपके सामने अभी जस्ट पहुंचा हूँ। हम रात को हमने FIR रजिस्टर करके इन्वेस्टिगेशन स्टार्ट किया है, फोरेंसिक एविडेंस इज बीइंग कलेक्टेड, वंस दैट एविडेंस कम्स ऑन रिकॉर्ड आई विल कम एंड ब्रीफ यू। सो फार नो अटेम्प्ट टू सुसाइड हैज कम टू आवर नोटिस, मेडिकल रिकॉर्ड ऑफ ऑल द स्टूडेंट्स हु वर टेकन टू हॉस्पिटल हैज बीन टेकन, मेडिकल रिकॉर्ड ऑफ ऑल द स्टूडेंट्स इज बीइंग टेकन ऑन रिकॉर्ड, डॉक्टर से हम ओपिनियन लेके उसके बाद में आई विल बी एबल टू ब्रीफ यू बेटर। देखिए मेरी एक रिक्वेस्ट है, मैंने पहले भी ये बात कही कि आपके माध्यम से मैं सबको यही मैसेज देना चाहता हूं कि किसी भी किस्म की जो र्यूमर है उसके ऊपर हम ध्यान ना दें। ये जो भी है उस टाइम पे र्यूमर्स के कारण हुआ है। हमने कल रात को जो स्टूडेंट्स के साथ में भी इंटरेक्शन हुआ उनको भी हमने ये बात क्लियरली बताई कि र्यूमर्स के ऊपर ध्यान ना दें, जो फैक्ट्स हैं हम फैक्ट्स के बारे में बात करें। मैं ब्रदर माई ओनली रिक्वेस्ट टू यू इज कि वी रजिस्टर्ड एन FIR लास्ट नाइट, हमने रात को ही FIR दर्ज करके हमने जो अक्यूज थे उनको अपनी कस्टडी में ले लिया है। इन्वेस्टिगेशन के लिए थोड़ा समय हमें दीजिए, इन्वेस्टिगेशन करके फोरेंसिक एविडेंस है और बहुत सारी एविडेंस है जो रिकॉर्ड पे लाने जरूरी है। लड़का शिमला का था उसको भी अरेस्ट कर लिया, सेक्शन 354C